ਫੜੇ ਜਾਣਗੇ, ਸਭ ਫੜੇ ਜਾਣਗੇ, ਸਾਡੀਆਂ ਮੇਕਿੰਗਾਂ ਬਣਾਉਂਦਾ ਬਣਾਉਂਦਾ ਅੱਜ ਆਪ ਫਸ ਗਿਆ ਮੇਕਿੰਗ 'ਚ। ਅਮਿਤ ਹਾਏ, ਸਭ ਫੜੇ ਜਾਣਗੇ। ਸ਼ਾਇਦ ਭਾਅ ਜੀ ਗੱਲ ਦੱਸੋ, ਇਹ ਗੱਲ ਸੱਚ ਹੈ ਕਿ ਜਿਹੜੀ ਭਾਬੀ ਹੈ ਸਾਡੀ, ਤੁਹਾਡੀ ਵਾਈਫ ਹੈ, ਉਹ ਕਹਿੰਦੀ ਕਿ ਤੁਸੀਂ ਬੇਗਮ ਹੋਰ ਰੱਖ ਸਕਦੇ ਹੋ, ਅਲਾਊਡ ਕੀਤਾ ਉਹਨਾਂ ਨੇ? ਤੁਸੀਂ ਹੁਣੇ ਤਾਂ ਕਿਹਾ ਸੀ ਇਜਾਜ਼ਤ ਹੈਗੀ ਆ, ਹੁਣ ਤੁਸੀਂ ਮੰਨ ਨੀ ਰਹੇ। ਚਲੋ ਕਹਿ ਦੋ ਹਾਂ ਹੈਗੀ ਹੈ। ਨਹੀਂ ਕਹਿ ਦੋ, ਨਹੀਂ ਸੱਚ ਦੱਸੋ, ਹੈਗੀ ਹੈ ਕਿ ਨਹੀਂ ਹੈਗੀ ਹੈ ਇਜਾਜ਼ਤ? ਹਾਂਜੀ, ਕਿ ਹੋਰ ਬੇਗਮ ਹੋ ਸਕਦੀ ਹੈ? ਹੋ ਸਕਦੀ ਹੈ। ਤੇ ਤੁਸੀਂ ਕੀ ਕਹਿੰਦੇ ਹੋ? ਮੈਂ ਕਹਿੰਦਾ ਚਲੋ ਸੋਚ ਕੇ ਫਿਰ ਦੱਸ ਦਿਆਂਗੇ। ਨਹੀਂ ਸੱਚ ਦੱਸੋ, ਦਿਲ ਕੀ ਕਹਿੰਦਾ ਤੁਹਾਡਾ? ਤਿੰਨ ਮਈ ਨੂੰ ਦਿਲ ਦੀਆਂ ਗੱਲਾਂ। ਉਹਦੇ ਨੇ ਮੈਨੂੰ ਰਫ ਭੇਜਿਆ ਸੀਗਾ ਆਪਣੇ ਦਾ, ਕੀ ਕਹਿੰਦੇ ਨੇ, ਤੇਰੀ ਘੜੀ ਮਿਲ ਗਈ? ਮੇਰੇ ਕੋਲ ਨੀ ਹੈਗੀ ਘੜੀ। ਕਿਹਦੇ ਕੋਲ ਹੈ ਘੜੀ? ਇਹਦੇ ਵਾਲੀ ਛੋਟੇ ਵੀਰ। ਲਓ ਜੀ, ਦਿਲ ਦੀਆਂ ਗੱਲਾਂ ਜਿਹੜਾ ਟ੍ਰੇਲਰ ਹੈ, ਉਹ ਮੈਂ ਰਫ ਦੇਖ ਲਿਆ ਸੀਗਾ ਪਰਸੋਂ ਰਾਤੀ, ਤੇ ਉਹਦੇ ਦੋ ਤਿੰਨ ਚੇਂਜਸ ਨੇ ਜਿਹੜੀਆਂ ਮੈਂ ਹੁਣ ਜਾ ਕੇ ਮੁੰਬਈ ਕਰ ਦੇਣੀਆਂ ਨੇ। ਦਿਲ ਦੀਆਂ ਗੱਲਾਂ ਦਾ ਟ੍ਰੇਲਰ ਤੁਹਾਨੂੰ ਸ਼ੇਅਰ ਕਰਾਂਗੇ ਵਿਦਨ ਟੂ ਡੇ, ਨਾ ਟੂ ਨੀ। ਅੱਜ ਤਰੀਕ ਕਿੰਨੀ ਹੋ ਗਈ ਭਾਜੀ? ਅੱਜ ਤਿੰਨ ਤਰੀਕ, ਹਫ਼ਤੇ ਦੇ ਵਿੱਚ ਵਿੱਚ, ਹਫ਼ਤੇ ਦੇ ਵਿੱਚ ਵਿੱਚ ਫਾਈਨਲ ਟ੍ਰੇਲਰ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ। ਤੇ ਤਿੰਨ ਮਈ ਨੂੰ ਸਾਰੇ ਜਾਣੇ ਟਾਈਮ ਕੱਢ ਲਓ ਭਾਈ, ਜਿਹਨਾਂ ਜਿਹਨਾਂ ਨੇ ਕਾਲਿਆਂ ਤੋਂ ਛੁੱਟੀ ਲੈਣੀ ਆ, ਪਹਿਲਾਂ ਉਹਦੇ ਲੈਕਚਰ ਪੂਰੇ ਕਰ ਲਿਓ ਤਾਂ ਕਿ ਇੱਕ ਛੁੱਟੀ ਵੀ ਲੈ ਸਕੀਏ। ਅੱਜ ਪੂਰੇ 30 ਦਿਨ ਰਹਿ ਗਏ ਫਿਲਮ ਆਉਣ 'ਚ, ਸੋ 30 ਡੇਜ਼ ਟੂ ਗੋ। ਸੋ ਸਾਰੇ ਜਾਣੇ ਕੀ ਕਹਿੰਦੇ ਨੇ ਕਾਊਂਟ ਡਾਊਨ ਸ਼ੁਰੂ ਕਰਦੇ ਹਾਂ, ਕਾਊਂਟ ਡਾਊਨ ਟੂ ਦਿਲ ਦੀਆਂ ਗੱਲਾਂ। ਦੱਸੋ ਸਹੀ ਸਹੀ ਗੋਰੀ ਨਾਲ ਕੀ ਗੱਲਾਂ ਕਰਦੇ ਭਾਈ ਤੁਸੀਂ? ਗੌਰਵ ਨੇ ਹਾਲ ਪੁੱਛਿਆ, ਉਹਨਾਂ ਨੇ ਚਾਲ ਬਦਲਤੀ। ਚਲੋ ਗੌਰਵ ਨੇ ਹਾਲ ਪੁੱਛਿਆ, ਕਹਿੰਦੇ ਚਲ ਚਲ। ਗੌਰਵ ਨੇ ਹਾਲ ਨੂੰ ਚਾਲ ਚ ਬਦਲਦਾ, ਉਹਨਾਂ ਨੇ ਚਲ। ਗੌਰਵ ਤੇ ਗੌਰਵ ਆਪਣੇ ਨਾਲ, ਓ ਯਾਰ ਗੌਰਵ ਖੜਾ ਗੋਰੀ ਨਾਲ ਐ ਗੱਲ ਕਰੀ ਜੇ, ਓਕੇ ਸੋ ਯੂ ਆਰ ਐਕਟਰ ਕਿਹਾ ਉਹ ਕਹਿੰਦੀ ਚਲ। ਪਹਿਲਾਂ ਪਹਿਲਾਂ ਸਰ ਕਹਿੰਦੇ ਮੈਂ ਕੈਮਰੇ ਦੇ ਕੋਲ ਦੀ ਲੰਘਣਾ, ਕਹਿੰਦੇ ਗੋ ਅਵੇ ਟੂ ਕੈਮਰਾ, ਅਵੇ ਟੂ ਕੈਮਰਾ, ਅਵੇ ਟੂ ਕੈਮਰਾ। ਹੁਣ ਮੈਂ ਤਾਂ ਸ਼ੂਟ ਤੇ ਕਹਿਣਾ ਹੁਣ ਭਾਜੀ ਯਾਰ ਪਲੀਜ਼, ਭਾਜੀ ਮੇਰਾ ਭਾਜੀ ਵਿਆਹ ਹੋਣ ਵਾਲਾ, ਤੈਨੂੰ ਸੱਚ ਦੱਸਾਂ ਉਹਦਾ ਵੀ ਰਿਸ਼ਤੇ ਦੀ ਗੱਲ ਚੱਲਦੀ ਆ, ਮੈਨੂੰ ਆਹ ਸਨੈਪਚੈਟ ਦੇ ਕੇ ਪੱਕਾ ਫੋਨ ਆਇਆ ਲਓ ਭਾਜੀ, ਮੇਰੇ ਰਿਸ਼ਤੇ ਦੀ ਗੱਲ, ਮੇਰੇ ਰਿਸ਼ਤੇ ਦੀ ਗੱਲ ਚੱਲਦੀ। ਗੱਲ ਤੈਨੂੰ ਕਹਿੰਦਾ ਤੁਸੀਂ ਚਾਹੁੰਦੇ ਹੋ ਭਾਜੀ ਸਾਰੇ ਐਂ ਕਹਿਣ ਕੇ ਗੌਰਵ ਦੇਖੋ ਐਂ ਗੱਲ ਕਰਦਾ, ਕਹਿੰਦਾ ਕੁੜੀ ਦਾ ਨਾ, ਮੈਂ ਕਿਹਾ ਤੂੰ ਗੱਲ ਹੀ ਕਰ ਰਿਹਾ ਜੀ, ਤੇਰਾ ਮਨ ਸੱਚਾ, ਤੂੰ ਕਹਿ ਦੇ ਕਿ ਬਾਈ ਉਹ ਗੱਲ ਕਰ ਰਿਹਾ ਸੀ। ਨਹੀਂ ਭਾਜੀ ਮੇਰੇ ਰਿਸ਼ਤੇ ਦੀ ਗੱਲ ਚੱਲਦੀ। ਦੇਖੋ ਜੀ ਰਿਸ਼ਤੇ ਦੀ ਜਿਹਨਾਂ ਦੀ ਗੱਲ ਚੱਲ ਰਹੀ ਹੈ ਤੁਸੀਂ ਟੈਨਸ਼ਨ ਨਾ ਲਓ, ਕਿਉਂਕਿ ਉਹਦੀ ਉੱਤੇ ਗੱਲ ਨਹੀਂ ਬਣੀ, ਉੱਥੇ ਦਾਲ ਨਹੀਂ ਗਲੀ, ਚੱਲਦੀਆਂ ਸੀ ਸ਼ਾਇਦ ਭਾਜੀ ਲੈ ਗਏ, ਸ਼ਾਇਦ ਭਾਜੀ ਕਹਿੰਦੇ ਅੱਛਾ ਉੱਥੇ ਕਹਿੰਦੇ ਵੈਸੇ ਮੇਰੀ ਬੇਗਮ ਮੰਨ ਜਾਏਗੀ ਹੋਰ ਬੀਬੀ ਲਈ, ਹੁਣ ਮੁੱਕ ਗਏ ਇੱਥੇ ਹੈ, ਇਹ ਚੱਕਰ ਕੀ ਹੈ ਭਾਜੀ? ਦੇਖੋ ਕਿਸਮਤ ਦਾ ਚੱਕਰ ਹੁੰਦਾ ਆ, ਸਾਰੀ ਗੱਲ ਕਿਸਮਤ ਦੀ ਹੁੰਦੀ ਹੈ।